ਤੇ ਇੱਥੇ ਸ਼ਰਮਾ ਹੈ। ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਮਾਤਾ ਦੀ ਅਤੇ ਮੇਲੇ ਦੀ ਲੱਖ ਲੱਖ ਵਧਾਈ ਸ਼ਹਿਰ ਵਾਸੀਆਂ ਨੂੰ, ਜੋ ਕਿ ਤੁਹਾਨੂੰ ਪਤਾ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜੀ ਇਸ ਵਾਰੀ ਜਿਹੜਾ ਮੇਲਾ ਹੈ ਉਹ 15 ਮਈ ਨੂੰ, ਜੋ ਕਿ ਜੇਠ ਮਹੀਨੇ ਦੀ ਅਪਰਾਕਾਸ਼ ਦੀ ਨੂੰ ਆਉਂਦਾ, ਉਹ ਇਸ ਵਾਰ 15 ਤਾਰੀਖ ਨੂੰ ਆਇਆ ਹੈ, ਜੋ ਕਿ 13 ਤਾਰੀਖ ਨੂੰ ਮਾਤਾ ਜੀ ਦਾ ਹਵਨ ਕਰਕੇ ਆਵਾਹਨ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ 14 ਤਾਰੀਖ ਨੂੰ ਮਾਤਾ ਜੀ ਦਾ ਜਾਗਰਣ ਹੋਇਆ, ਜੋ ਕਿ ਦੁਪਹਿਰ 1 ਵਜੇ ਸਟਾਰਟ ਹੋ ਗਏ ਪਾਰਟੀਆਂ ਚੇਂਜ ਹੁੰਦੀਆਂ ਨੇ। ਉਸ ਤੋਂ ਬਾਅਦ 10 ਵਜੇ ਤੋਂ ਆਪਣਾ ਛੈਣੇ ਵਾਲਾ ਜਿਹੜਾ ਪੱਕਾ ਭਜਨ ਹੁੰਦਾ ਹੈ ਉਹ ਸਟਾਰਟ ਕੀਤਾ ਗਿਆ, ਜੋ ਕਿ ਆਪਣਾ ਪੰਜਾਬ ਦੇ ਸੰਤ ਮਹੰਤ ਦੇ ਦਿੱਲੀ ਤੱਕ ਦੇ ਸੰਤ ਮਹੰਤ ਆ ਕੇ ਜਿਨ੍ਹਾਂ ਨੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਆਸ਼ੀਰਵਾਦ ਦਿੱਤਾ। ਅਤੇ ਉਸ ਤੋਂ ਬਾਅਦ ਮੇਲਾ ਸਿਰ ਆ ਰਿਹਾ, ਆਪਾਂ ਲੋਕਾਂ ਨੂੰ ਇਹੀ ਕਹਿ ਰਿਹਾ ਵੀ ਲੋਕ ਬੜੀ ਸ਼ਾਂਤੀਪੂਰਵਕ ਆ ਕੇ ਮਾਤਾ ਜੀ ਅੱਗੇ ਨਤਮਸਤਕ ਹੋਣ, ਧੱਕਾ ਮੁੱਕੀ ਨਾ ਕਰਨ, ਜੋ ਵੀ ਆਪਣੀ ਜਵੈਲਰੀ ਵਗੈਰਾ ਘਰ ਜ਼ਿਆਦਾਤਰ ਉਤਾਰ ਕੇ ਆਉਣ, ਬੱਚਿਆਂ ਦਾ ਅਤੇ ਆਪਣੀ ਪੋਕਿਟ ਦਾ ਖਾਸ ਕਰਕੇ ਧਿਆਨ ਦੇਣ, ਕਿਉਂਕਿ ਅੱਜ ਕੱਲ੍ਹ ਚੋਰੀ ਚਕਾਰੀ ਬਹੁਤ ਜ਼ਿਆਦਾ ਵਧੀ ਹੈ, ਉਸ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਅਤੇ ਆਸ ਪਾਸ ਜੋ ਵੀ ਤਾਂ ਉਹਨਾਂ ਨੂੰ ਕੋਈ ਸੰਗਿੰਧ ਚੀਜ਼ ਨਜ਼ਰ ਆਉਂਦੀ ਹੈ, ਜੋ ਕਿ ਕਮਿਸ਼ਨਰ ਸਾਹਿਬ ਨੇ ਬਹੁਤ ਅੱਛਾ ਜਿਹਾ ਸਹਿਯੋਗ ਦਿੱਤਾ ਹੈ, ਕਾਰਪੋਰੇਸ਼ਨ ਨੂੰ ਬਹੁਤ ਸਹਿਯੋਗ ਦਿੱਤਾ ਹੈ, ਸਿਕਿਉਰਿਟੀ ਨੂੰ ਦੂਰ ਜਾ ਕੇ ਦੱਸਣ ਅਗਰ ਕੋਈ ਵੀ ਅਵੈਧ ਚੀਜ਼ ਨਜ਼ਰ ਆਉਂਦੀ ਹੈ ਜਾਂ ਮੰਦਰ ਵਾਲਿਆਂ ਦੱਸਣ, ਕਿਉਂਕਿ ਕੋਈ ਦੁਰਘਟਨਾ ਦਾ ਕਾਰਨ ਨਾ ਬਣ ਸਕੇ। ਮੇਰੀ ਸਭ ਨੂੰ ਇਹ